ਸਤਿ ਸ਼੍ਰੀ ਅਕਾਲ ਜੀ ਫੈਬਰਿਕ ਪੇਂਟਿੰਗ ਕਲਾਸ ਦੂਸਰੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਵੀ ਮੈਂ ਤੁਹਾਡੇ ਲਈ ਸਿੰਪਲ ਜਿਹਾ ਹੀ ਡਿਜ਼ਾਈਨ ਲੈ ਕੇ ਆਈਆਂ ਜਸਟ ਥੋੜਾ ਜਿਹਾ ਉਹਦੇ ਵਿੱਚ ਅਸੀਂ ਥੋੜੀ ਜੀ ਟੈਕਨੀਕ ਯੂਜ਼ ਕਰਾਂਗੇ ਦੇਖੋ ਪੈਨਸਲ ਨਾਲ ਮੈਂ ਡਰਾ ਕੀਤਾ ਬਟ ਮੈਂ ਹੁਣ ਬਰਸ਼ ਨਾਲ ਇਸ ਕਈ ਲਈ ਡਰਾ ਕਰ ਰਹੀਆਂ ਕਿ ਤੁਹਾਨੂੰ ਡਰਾ ਕਰਨ ਦੇ ਵਿੱਚ ਆਸਾਨੀ ਹੋਵੇ ਔਰ ਸਾਫ਼-ਸਾਫ਼ ਦਿਸੇ ਮੈਂ ਕਿਦਾਂ ਡਰਾ ਕੀਤਾ ਗੋਲਾ ਲਾਇਆ ਗੋਲੇ ਦੇ ਆਸ-ਪਾਸ ਬਹੁਤ ਚੌੜੀਆਂ ਨਹੀਂ ਨਾਰਮਲ ਜੀਆਂ ਪੱਤੀਆਂ ਬਣਾਈਆਂ ਠੀਕ ਹੈ ਪੈਟਲਸ ਫਲਾਰ ਦੀਆਂ ਪੱਤੀਆਂ ਔਰ ਤੁਸੀਂ ਇਹਨੂੰ ਡਾਇਰੈਕਟ ਬ੍ਰਸ਼ ਨਾਲ ਡਰਾ ਨਾ ਕਰਨਾ ਪੈਨਸਲ ਨਾਲ ਡਰਾ ਕਰਨਾ ਵੱਡੀਆਂ ਵੀ ਕ੍ਰੀਏਟ ਕਰ ਸਕਦੇ ਹੋ ਛੋਟੀਆਂ ਵੀ ਕਰ ਸਕਦੇ ਹੋ ਜਿਵੇਂ ਤੁਹਾਡੀ ਮਰਜ਼ੀ ਆ ਲੇਕਿਨ ਮੈਂ ਮਤਲਬ ਬਿਗਨਰਸ ਦੇ ਹਿਸਾਬ ਨਾਲ ਛੋਟੀਆਂ ਕੀਤੀਆਂ ਸੀ ਉਸ ਤੋਂ ਬਾਅਦ ਗ੍ਰੀਨ ਪੱਤੀਆਂ ਇਹਦੀਆਂ 4 ਸਾਈਡਸ ਤੇ ਲਗਾ ਦਿਓ ਛੋਟੀਆਂ-ਛੋਟੀਆਂ ਠੀਕਾ ਔਰ ਇਹ ਪੱਤੀ ਮੈਂ ਤੁਹਾਨੂੰ ਸਿਖਾਈ ਹੋਈ ਏ ਪਹਿਲੀ ਵੀਡੀਓ ਦੇ ਵਿੱਚ ਇੱਕ ਲਾਈਨ ਲਗਾਉਣੀ ਆ ਉਸ ਤੋਂ ਬਾਅਦ ਉਹਦੀਆਂ ਦੋਵਾਂ ਸਾਈਡਸ ਤੇ ਕਰਵ ਦੇ ਵਿੱਚ ਉਲ ਜਾਂਦੇ ਹੋਏ ਅਸੀਂ ਪੱਤੀਆਂ ਬਣਾਉਣੀਆਂ ਠੀਕ ਹੈ ਮੈਂ ਥੋੜਾ ਜਲਦੀ ਕਰ ਰਹੀ ਆ ਕਿਉਂਕਿ ਹੁਣ ਤੁਸੀਂ ਆਰਾਮ ਨਾਲ ਦੇਖ ਵੀ ਸਕਦੇ ਹੋ ਕਿਵੇਂ ਮਤਲਬ ਜਿਹੜਾ ਆ ਆਪਾਂ ਮੈਂ ਪੱਤੀ ਬਣਾ ਰਹੀ ਆ ਤੇ ਉਸ ਤੋਂ ਬਾਅਦ ਮੇਰੇ ਕੋਲ ਬ੍ਰਸ਼ ਚਾਰ ਨੰਬਰ ਫਲੈਟ ਹੈ ਨਾ ਤੇ ਹੁਣ ਮੈਂ ਕੀ ਕਰਾਂਗੀ ਮੇਰੇ ਕੋਲ ਡੀਪ ਮੂਵ ਸ਼ੇਡਾ ਮੈਂ ਨੰਬਰ 1 ਵੀਡੀਓ ਦੇ ਵਿੱਚ ਦੱਸਿਆ ਸੀ ਇਹਦਾ ਠੀਕਾ ਡੀਪ ਮੂਵ ਔਰ ਬ੍ਰਸ਼ ਨੂੰ ਖੜੇ ਦਾ ਕਰਦੇ ਹੋਏ ਪੈਟਲ ਦੀ ਗੁਲਾਈ ਵਿੱਚ ਲਿਆ ਕੇ ਵਿੱਚੋਂ ਫਿਲ ਕਰ ਦੇਣਾ ਧਿਆਨ ਨਾਲ ਦੇਖੋ ਖੜੇ ਦਾ ਲਿਆ ਕੇ ਸਾਈਡਸ ਤੇ ਆਊਟਸਾਈਡਸ ਤੇ ਵਿੱਚੋਂ ਫਿਲ ਕਰ ਦੇਣਾ ਠੀਕਾ ਜੇ ਤੁਸੀਂ ਫਲੈਟ ਬਰਸ਼ ਨਾਲ ਵਧੀਆ ਕੰਮ ਕਰ ਸਕਦੇ ਹੋ ਤਾਂ ਇਹਦੇ ਨਾਲ ਕੰਮ ਜਲਦੀ ਵੀ ਹੁੰਦਾ ਔਰ ਸਫਾਈ ਨਾਲ ਵੀ ਹੁੰਦਾ ਠੀਕਾ ਅਦਰਵਾਈਜ਼ ਰਾਉਂਡ ਬਰਸ਼ ਦੇ ਨਾਲ ਕਿਉਂਕਿ ਗਲਤੀ ਦੀ ਗੁੰਜਾਇਸ਼ ਘੱਟ ਹੁੰਦੀ ਹੈ ਤੁਸੀਂ ਰਾਉਂਡ ਬਰਸ਼ ਦੇ ਨਾਲ ਜਿਵੇਂ ਮੈਂ ਪਹਿਲਾਂ ਪੱਤੀਆਂ ਡਰਾਅ ਕੀਤੀਆਂ ਨਾ ਤਾਂ ਉਹਦੇ ਵਿੱਚ ਵਿੱਚ ਰਾਉਂਡ ਬਰਸ਼ ਦੇ ਨਾਲ ਹੀ ਕਲਰ ਫਿਲ ਕਰ ਸਕਦੇ ਹੋ ਪਰ ਉਹਦੇ ਵਿੱਚ ਕੀ ਹੈ ਥੋੜਾ ਜਿਹਾ ਟਾਈਮ ਲੱਗਦਾ ਥੋੜਾ ਪੇਸ਼ੈਂਸ ਰੱਖਣਾ ਪੈਣਾ ਤੁਹਾਨੂੰ ਲੇਕਿਨ ਤੁਸੀਂ ਜੇ ਬਿਗਨਰ ਹੋ ਤਾਂ ਰਾਉਂਡ ਬਰਸ਼ ਨਾਲ ਫਿਲ ਕਰੋ ਕਲਰ ਬਾਰ ਬਹੁਤ ਕੱਟ ਜਾਂਦਾ ਠੀਕਾ ਫਿਰ ਇਸੇ ਤਰ੍ਹਾਂ ਹੀ ਤੁਸੀਂ ਪੱਤੀਆਂ ਨੂੰ ਇੱਕੋ ਸਿੰਗਲ ਕਲਰ ਨਾਲ ਫਿਲ ਕਰਨਾ ਹੈ ਮੈਂ ਅਕੋਰਡਿੰਗ ਟੂ ਬਿਗਨਰਸ ਇੱਕ ਕਲਾਸ ਲੈ ਰਹੀ ਹਾਂ ਇਸ ਕਰਕੇ ਇਸ ਤਰ੍ਹਾਂ ਦਾ ਮੈਂ ਤੁਹਾਨੂੰ ਡਿਜ਼ਾਈਨ ਬਣਵਾ ਰਹੀ ਹਾਂ ਸੌਖਾ ਹੈ ਔਰ ਇਹਦੇ ਵਿੱਚ ਥੋੜੀ ਜੀ ਆਪਾਂ ਅਰਟ ਟੈਕਨੀਕ ਵੀ ਯੂਜ਼ ਕਰਾਂਗੇ ਥੋੜੀ ਜੀ ਐਡਵਾਂਸ ਟੈਕਨੀਕ ਆ ਥੋੜਾ ਜਿਆ ਕੈਲੋ ਕੀ ਇਫੈਕਟ ਦਵਾਗੇ ਅਸੀਂ ਜਿਹਦੇ ਨਾਲ ਲੱਗੇ ਤੁਸੀਂ ਫਸਟ ਟਾਈਮ ਫਲਾਰ ਬਣਾਓ ਔਰ ਤੁਹਾਨੂੰ ਬਣਾਉਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਔਰ ਲੱਗੇ ਕਿ ਇਹ ਫਸਟ ਟਾਈਮ ਤੁਸੀਂ ਕ੍ਰੀਏਟ ਨਹੀਂ ਕੀਤਾ ਤੁਸੀਂ ਆਲਰੇਡੀ ਪੇਂਟਿੰਗ ਦੇ ਬਹੁਤ ਵੱਡੀ ਗਿਆਤਾ ਹੋ ਠੀਕ ਹੈ ਇਸ ਤਰ੍ਹਾਂ ਲੱਗੇ ਤਾ ਉਸ ਤੋਂ ਬਾਅਦ ਪੱਤੀਆਂ ਨੂੰ ਵੀ ਉਦਾਂ ਹੀ ਪਹਿਲਾਂ ਖੜੇ ਦਾ ਆਊਟਸਾਈਡਸ ਤੇ ਤੁਸੀਂ ਕਰ ਲੈਣਾ ਆ ਬ੍ਰਸ਼ ਦੇ ਨਾਲ ਕਲਰ ਔਰ ਵਿੱਚੋਂ ਫਿਲ ਕਰ ਦੇਣਾ ਠੀਕ ਹੈ ਇਹਦੇ ਨਾਲ ਪੱਤੀ ਦੀ ਸ਼ੇਪ ਬਹੁਤ ਸੋਹਣੀ ਬਣਦੀ ਆ ਜੇ ਤੁਸੀਂ ਫਲੈਟ ਨਾਲ ਕਰੋਗੇ ਨਾ ਹੁਣ ਮੇਰੇ ਕੋਲ ਜਿਹੜਾ ਫਲੈਟ ਬ੍ਰਸ਼ ਹੈ 4 ਨੰਬਰ ਆ ਤੁਸੀਂ ਇਹ ਪੱਤੀਆਂ 6 ਨੰਬਰ ਬ੍ਰਸ਼ ਨਾਲ ਵੀ ਕਰ ਸਕਦੇ ਹੋ ਇਹਦੇ ਨਾਲ ਸਿਰਫ ਤੁਹਾਨੂੰ ਦੋ ਹੀ ਸਟਾਕ ਲਾਉਣੇ ਪੈਣਗੇ ਔਰ ਜੇ ਤੁਸੀਂ ਪਰਫੈਕਟ ਹੋ ਤਾਂ ਇੱਕ ਸਟਾਕ ਨਾਲ ਵੀ ਕੰਮ ਚੱਲੇਗਾ ਠੀਕਾ ਕਿਉਂਕਿ ਜਿੰਨਾ ਅਸੀਂ ਬ੍ਰਸ਼ ਤੇ ਪ੍ਰੈਸ਼ਰ ਪਾਵਾਂਗੇ ਓਨਾ ਹੀ ਜਿਹੜਾ ਸਾਡਾ ਡਿਜ਼ਾਈਨ ਆ ਉਹ ਚੌੜਾਈ 'ਚ ਜਾਏਗਾ ਜਿਵੇਂ ਮੰਨ ਲਓ ਅਸੀਂ ਚੌੜੀ ਪੱਤੀ ਬਣਾਉਣੀ ਆ ਤਾਂ ਬ੍ਰਸ਼ ਨੂੰ ਪ੍ਰੈਸ ਕਰਾਂਗੇ ਪਤਲੀ ਬਣਾਉਣੀ ਆ ਤਾਂ ਬ੍ਰਸ਼ ਤੇ ਪ੍ਰੈਸ਼ਰ ਨਹੀਂ ਪਾਵਾਂਗੇ ਤਾਂ ਕਿ ਪੱਤੀ ਤਿੱਖੀ ਤਿੱਖੀ ਜੀ ਬਣੇਗੀ ਸਾਡੀ ਠੀਕਾ ਉਸੇ ਤਰ੍ਹਾਂ ਹੀ ਸਾਰੀਆਂ ਪੱਤੀਆਂ ਨੂੰ ਅਸੀਂ ਸੇਮ ਉਸੇ ਮੈਥਡ ਨਾਲ ਫਿਲ ਕਰਾਂਗੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਆ ਰਹੀ ਹੋਵੇਗੀ ਔਰ ਪਲੀਜ਼ ਜੇ ਤੁਹਾਨੂੰ ਮੇਰੀਆਂ ਕਲਾਸਿਸ ਵਧੀਆ ਲੱਗ ਰਹੀਆਂ ਨਾ ਤਾਂ ਮੈਨੂੰ ਕਮੈਂਟ ਜ਼ਰੂਰ ਕਰਨਾ ਔਰ ਇਹਨਾਂ ਨੂੰ ਪਲੀਜ਼ ਸ਼ੇਅਰ ਵੀ ਕਰਨਾ ਜਿਹੜੇ ਜਿਹੜੇ ਵੀ ਪੇਂਟਿੰਗ ਸਿੱਖਣਾ ਚਾਹੁੰਦੇ ਆ ਉਹਨਾਂ ਨਾਲ ਸ਼ੇਅਰ ਕਰਨਾ ਔਰ ਇਸੇ ਤਰ੍ਹਾਂ ਹੀ ਹੁਣ ਦੇਖੋ ਆਪਾਂ ਜਿਹੜੀਆਂ ਪੱਤੀਆਂ ਨੇ ਉਹ 4 ਸਾਈਡਸ ਤੇ ਬਣਾਈਆਂ ਹੋਣੇ ਪੱਤੀਆਂ ਜੜੀਆਂ ਤੁਸੀਂ ਆਪਣੇ ਅਕੋਰਡਿੰਗ ਵੱਡੀਆਂ ਵੀ ਕਰ ਸਕਦੇ ਹੋ ਛੋਟੀਆਂ ਕਰ ਸਕਦੇ ਹੋ ਮੈਂ ਤਾਂ ਜਸਟ ਇੱਕ ਕਲਾਸ ਲਗਾ ਰਹੀਆਂ ਤੁਹਾਡੀ ਕਿ ਕਿਸ ਤਰ੍ਹਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਬਾਕੀ ਕ੍ਰੀਏਟੀਵਿਟੀ ਤੁਹਾਡੀ ਆਪਣੀ ਆ ਤੁਸੀਂ ਚਾਹੋ ਤਾਂ ਬਹੁਤ ਸੋਹਣੀ ਸ਼ੇਪ ਵੀ ਕ੍ਰੀਏਟ ਕਰ ਸਕਦੇ ਹੋ ਠੀਕ ਆ ਹੁਣ ਮੈਂ ਪਹਿਲਾਂ ਹੀ ਦੱਸਦਾ ਮੇਰੇ ਕੋਲ ਕਲਰ ਥੋੜਾ ਜਿਹਾ ਜ਼ਿਆਦਾ ਲੱਗ ਗਿਆ ਪਰ ਕੋਈ ਨਾ ਹੁਣ ਇਹਨੂੰ ਇੱਕ ਵਾਰ ਤੁਹਾਨੂੰ ਦੱਸਦੀਆਂ ਦੁਬਾਰਾ ਦੱਸੂਗੀ ਮੈਂ ਦੇਖੋ 컬러 ਨੂੰ ਨਾ ਜਸਟ ਇੱਕ ਨੋਕ ਤੇ ਲੈਣਾ ਬ੍ਰਸ਼ ਦੇ ਇੱਕ ਸਾਈਡ ਤੇ ਇੱਥੇ ਮੇਰੇ ਕੋਲ 컬러 ਜ਼ਿਆਦਾ ਲੱਗ ਗਿਆ 컬러 ਲੈ ਕੇ ਬਸ ਪੱਤੀ ਦੀ ਹੁੰਨ ਵਾਲਾ ਠੀਕ ਆ ਪਰਫੈਕਟ ਆ ਕੁਮਾ ਦੇਣਾ ਪੱਤੀ ਦੀ ਸ਼ੇਪ ਦੇ ਉੱਪਰ ਉੱਪਰ ਕੋਈ ਔਖਾ ਨਹੀਂ ਆ ਮਤਲਬ ਉਸੇ ਬ੍ਰਸ਼ ਦੇ ਨਾਲ ਹੀ ਫਲੈਟ ਬ੍ਰਸ਼ ਦੇ ਨਾਲ ਹੀ ਨਾ ਤੁਸੀਂ 컬러 ਨੂੰ ਲੈ ਲੈਣਾ ਠੀਕ ਆ ਤੇ ਉਹਦੇ ਨਾਲ ਹੀ ਤੁਸੀਂ ਪੱਤੀ ਦੇ ਆਲੇ ਦੁਆਲੇ ਬ੍ਰਸ਼ ਨੂੰ ਕੁਮਾ ਦੇਣਾ ਆ ਠੀਕ ਆ ਇਹ ਕੰਮ ਤੁਸੀਂ ਰਾਉਂਡ ਬ੍ਰਸ਼ ਨਾਲ ਵੀ ਕਰ ਸਕਦੇ ਹੋ ਬਟ ਜਿਹੜਾ ਤੁਸੀਂ ਰਾਉਂਡ ਬ੍ਰਸ਼ ਨਾਲ ਕਰੋ ਜ਼ਰੂਰ ਕਰੋ ਪਰ ਫਲੈਟ ਬ੍ਰਸ਼ ਦੇ ਨਾਲ ਇੱਕ ਵੱਖਰਾ ਇਫੈਕਟ ਆਏਗਾ ਇੱਕ ਵੱਖਰੀ ਫਿਨਿਸ਼ਿੰਗ ਆਏਗੀ ਇਹ ਤੁਸੀਂ ਨੋਟਿਸ ਕਰਨਾ ਤੇ ਫਿਰ ਹੌਲੀ ਹੌਲੀ ਬੜੇ ਆਰਾਮ ਦੇ ਨਾਲ ਹਨਾ ਜੇ ਤੁਸੀਂ ਸਿੱਖ ਰਹੇ ਹੋ ਬੜੇ ਆਰਾਮ ਦੇ ਨਾਲ ਤੁਸੀਂ ਇਦਾਂ ਹੀ ਪੱਤਿਆਂ ਦੇ ਆਲੇ ਦੁਆਲੇ ਕਲਰ ਜਿਹੜਾ ਆ ਇੱਕ ਸਿਰੇ ਤੇ ਲਾ ਕੇ ਬ੍ਰਸ਼ ਦੇ ਉਹਨੂੰ ਪੱਤੀਆਂ ਦੇ ਸਾਈਡਸ ਤੇ ਆਲੇ ਦੁਆਲੇ ਕਮਾਉਣ ਆਇਆ ਬੜੇ ਆਰਾਮ ਦੇ ਨਾਲੇ ਕੰਮ ਕਰਨਾ ਬਿਲਕੁਲ ਕਾਲੀ ਨਹੀਂ ਕਰਨੀ ਅਗਰ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਦੇਖੋ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਨਾ ਕੰਮ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਉਹ ਸਿੱਖਣ ਤੋਂ ਬਸ ਤੁਹਾਡਾ ਜਜ਼ਬਾ ਚਾਹੀਦਾ ਜਨੂੰਨ ਚਾਹੀਦਾ ਤੁਸੀਂ ਸਿੱਖ ਸਕਦੇ ਹੋ ਜਿਵੇਂ ਇਹ ਕਲਾਸਿਸ ਦੇਖੋ ਮੈਂ ਤੁਹਾਡੇ ਲਈ ਹੀ ਸ਼ੁਰੂ ਕੀਤੀਆਂ ਨੇ ਅਦਰਵਾਈਜ਼ ਮੈਂ ਐਡਵਾਂਸ ਟੈਕਨੀਕਸ ਅੱਜਕੱਲ ਜਿਹੜੀਆਂ ਸੀ ਉਹ ਸਿਖਾ ਰਹੀ ਸੀ ਪੇਂਟਿੰਗ ਦੀਆਂ ਬਾਕੀ ਮੈਨੂੰ ਕਮੈਂਟਸ ਆ ਰਹੇ ਸੀ ਕਿ ਪਲੀਜ਼ ਸ਼ੁਰੂ ਤੋਂ ਪਲੀਜ਼ ਸ਼ੁਰੂ ਤੋਂ ਮਤਲਬ ਸਟਾਰਟਿੰਗ ਤੋਂ ਅਸੀਂ ਬਿਗਨਰਜ਼ ਆ ਤਾਂ ਉਹਨਾਂ ਦੇ ਲਈ ਮੈਂ ਅਲੱਗ ਕਲਾਸਿਸ ਸ਼ੁਰੂ ਕੀਤੀਆਂ ਨੇ ਉਸੇ ਤਰ੍ਹਾਂ ਹੀ ਹੁਣ ਸਾਡਾ ਫਲਾਰ ਜਿਹੜਾ ਆ ਉਹ ਕਹਿ ਲਓ ਕਿ ਕੰਪਲੀਟ ਹੋ ਗਿਆ ਔਰ ਜਿਹੜੀ ਪੱਤੀ ਮੈਂ ਪਹਿਲਾਂ ਕਲਰ ਜਿਹੜਾ ਮੈਥੋਂ ਜ਼ਿਆਦਾ ਲੱਗਿਆ ਸੀ ਨਾ ਉਹਨੂੰ ਬਸ ਮੈਂ ਥੋੜਾ ਜਿਹਾ ਸ਼ੇਡਿੰਗ ਉਹ ਦੇ ਦਵਾਂ ਉਹਦੇ ਵਿੱਚ ਮੈਂ ਥੋੜਾ ਜਿਹਾ ਫੇਰ ਪਿੰਕ ਕਲਰ ਜਿਹੜਾ ਫਿੱਲ ਕਰ ਰਹੀਆਂ ਤਾਂ ਕਿ ਦੂਜਿਆਂ ਦੇ ਨਾਲ ਮਿਲ ਜਾਵੇ ਹੁਣ ਆਪਾਂ ਜਿਹੜੀਆਂ ਗ੍ਰੀਨ ਪੱਤੀਆਂ ਨੇ ਉਹਨਾਂ ਨੂੰ ਵੀ ਸੇਮ ਮੈਥਡ ਦੇ ਨਾਲ ਕਲਰਿੰਗ ਕਰਨੀਆਂ ਉਸੇ ਤਰ੍ਹਾਂ ਹੀ ਬ੍ਰਸ਼ ਦੀ ਇੱਕ ਸਾਈਡ ਤੇ ਕਲਰ ਲੈਣਾ ਹੈ ਤੇ ਬਸ ਪੱਤੀ ਦੇ ਆਲੇ ਦੁਆਲੇ ਸ਼ੇਪ ਦੇ ਨਾਲ-ਨਾਲ ਤੁਸੀਂ ਬ੍ਰਸ਼ ਨੂੰ ਚਲਾਉਣਾ ਹੈ ਤੇ ਹੋਪ ਸੋ ਕਿ ਤੁਹਾਨੂੰ ਸਮਝ ਆ ਰਹੀਏ ਮੈਂ ਤਾਂ ਇਹੀ ਸੋਚ ਕੇ ਚੱਲ ਰਹੀ ਆ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਏ ਇਸ ਤਰ੍ਹਾਂ ਇਹ ਟੈਕਨੀਕ ਯੂਜ਼ ਕਰਨ ਦੇ ਵਿੱਚ ਤਾਂ ਤੁਸੀਂ ਰਾਉਂਡ ਬ੍ਰਸ਼ ਦੇ ਨਾਲ ਨਾ ਬਸ ਇਹਦੀ ਆਊਟਲਾਈਨਿੰਗ ਵੀ ਕਰ ਸਕਦੇ ਹੋ ਉਹਦੇ ਨਾਲ ਵੀ ਇਫੈਕਟ ਬਹੁਤ ਸੋਹਣਾ ਆਏਗਾ ਸੋ ਇੱਕ ਦੋ ਦਿਨ ਮੈਂ ਛੱਡ ਕੇ ਕਲਾਸਿਸ ਵੈਸੇ ਅਪਲੋਡ ਕਰ ਰਹੀ ਆ ਤਾਂ ਕਿ ਇੱਕ ਦੋ ਦਿਨ ਤੁਸੀਂ ਪ੍ਰੈਕਟਿਸ ਵੀ ਕਰ ਸਕੋ ਬਹੁਤੀ ਕਾਲੀ ਵੀ ਨਹੀਂ ਮੈਂ ਚੱਲ ਰਹੀ ਕਿਉਂਕਿ ਮੈਨੂੰ ਵੀ ਇਹ ਹੁੰਦਾ ਹੈ ਕਿ ਜਿਹੜੀ ਇੱਕ ਅੱਜ ਮੈਂ ਟੈਕਨੀਕ ਆ ਅਪਲੋਡ ਕੀਤੀ ਆ ਉਹਦੇ ਤੇ ਥੋੜੀ ਤੁਹਾਡੀ ਪਕੜ ਹੋ ਜੇ ਠੀਕ ਆ ਮੈਨੂੰ ਕੀ ਹੈ ਮੈਂ ਤਾਂ ਰੋਜ਼ ਦੀ ਵੀਡੀਓ ਵੀ ਬਣਾ ਕੇ ਮਤਲਬ ਅਪਲੋਡ ਕਰੀ ਜਾਵਾਂਗੀ ਹਨਾ ਕਈ ਵਾਰ ਚਲੋ ਟਾਈਮ ਦੀ ਸ਼ਾਰਟੇਜ ਹੁੰਦੀ ਵੀ ਆ ਪਰ ਕਈ ਵਾਰ ਕਿੰਨੀਆਂ ਸਾਰੀਆਂ ਵੀਡੀਓਜ਼ ਮੈਂ ਬਣਾ ਵੀ ਲੈਣੀ ਆ ਫਿਰ ਮੈਨੂੰ ਇਹ ਹੁੰਦਾ ਚਲੋ ਪਹਿਲਾ ਇੱਕ ਟੈਕਨੀਕ ਦੱਸੀ ਆ ਜ਼ਰੂਰ ਹੋਣਾ ਹਰ ਕਿਸੇ ਕੋਲ ਟਾਈਮ ਦੀ ਸ਼ਾਰਟੇਜ ਹੁੰਦੀ ਆ ਪਤਾ ਨਹੀਂ ਅਗਲਾ ਦੇਖੇ ਨਾ ਦੇਖੇ ਸੋ ਅ ਬਸ ਅੱਜ ਦੇ ਲਈ ਇੰਨਾ ਹੀ ਹੁਣ ਜਿਹੜਾ ਸਾਡਾ ਵਿਚ ਵਾਲਾ ਪੁਆਇੰਟ ਜਿਹੜਾ ਗੋਲਾ ਲਾਇਆ ਸੀ ਉਹ ਬਚ ਗਿਆ ਉਹ ਮੈਂ ਇੱਕ ਰਫ ਜਿਹਾ ਬ੍ਰਸ਼ ਲਾਉਂਗੀ ਉਹਦੇ ਤੇ yellow ਕਲਰ ਲੈਣਾ ਥੋੜਾ ਜਿਹਾ ਤੇ ਡਾਟਿੰਗ ਤੁਸੀਂ ਦੇਖ ਰਹੇ ਹੋ ਨਾ ਮੇਰਾ ਬ੍ਰਸ਼ ਡਾਟਿੰਗ ਕਰ ਦੋ ਇਹਦੇ ਨਾਲ ਇਫੈਕਟ ਸੋਨਾ ਆਏਗਾ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੰਦ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਥੈਂਕ ਯੂ